ਨਿਊਜ਼ੀਲੈਂਡ ਦੇ ਨੈਸ਼ਨਲ ਮੀਡੀਆ ਦੇ ਵਿੱਚ ਇੱਕ ਸਿੱਖ ਨੌਜਵਾਨ ਵੱਲੋਂ ਕੀਤੀ ਗਈ ਮਾਡਲਿੰਗ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਿੱਖ ਨੌਜਵਾਨ ਬੌਬੀ ਸਿੰਘ ਦੀਆਂ ਤਸਵੀਰਾਂ ਨਿਊਜ਼ੀਲੈਂਡ ਦੇ ਨੈਸ਼ਨਲ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਨਿਊਜ਼ੀਲੈਂਡ ਦੇ ਨੈਸ਼ਨਲ ਮੀਡੀਆ ਤਾਂ ਨਿਊਜ਼ੀਲੈਂਡ ਹੈਰਲਡ ਵੱਲੋਂ ਵੀਵਾ ਡੇ ਦੇ ਮੌਕੇ ਦੇ ਉੱਤੇ ਕੀਤੇ ਗਏ ਫੋਟੋਸ਼ੂਟ ਦੇ ਵਿੱਚ ਬੌਬੀ ਸਿੰਘ ਇਕਲੌਤਾ ਪੰਜਾਬੀ ਹੈ ਜਿਸ ਦੀਆਂ ਤਸਵੀਰਾਂ ਮੈਗਜ਼ੀਨ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਪੰਜਾਬੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਬੌਬੀ ਸਿੰਘ ਦਾ ਗੀਤ ਵੀ ਬੀਤੇ ਦਿਨੀ ਰਿਲੀਜ਼ ਹੋਇਆ ਸੀ ਤੇ ਹੁਣ ਸਾਬਕ ਸੂਰਤ ਇਸ ਸਿੱਖ ਨੌਜਵਾਨ ਦੇ ਵੱਲੋਂ ਨਿਊਜ਼ੀਲੈਂਡ ਦੇ ਮੈਗਜ਼ੀਨ ਦੇ ਲਈ ਕੀਤੀ ਗਈ ਮਾਡਲਿੰਗ ਉਸ ਦੇ ਲਈ ਇੱਕ ਵੱਡਾ ਪਲੇਟਫਾਰਮ ਨਜ਼ਰ ਆ ਰਹੀ ਹੈ। ਜਵਾਨ ਵੱਖ ਵੱਖ ਮਾਰ ਕੇ ਮਾਰ ਚੁੱਕੇ ਨੇ ਤੇ ਹੁਣ ਬੌਬੀ ਸਿੰਘ ਨੇ ਇੱਕ ਵਾਰ ਫਿਰ ਨਿਊਜ਼ੀਲੈਂਡ ਦੇ ਨੈਸ਼ਨਲ ਮੀਡੀਆ ਦੇ ਵਿੱਚ ਆਪਣੀ ਚਰਚਾ ਕਰਾ ਕੇ ਪੰਜਾਬੀਆਂ ਦਾ ਸਿਰ ਮਾਣ ਦੇ ਨਾਲ ਉੱਚਾ ਕੀਤਾ ਹੈ। ਨਿਊਜ਼ੀਲੈਂਡ ਦੇ ਨੈਸ਼ਨਲ ਮੀਡੀਆ ਦੇ ਵਿੱਚ ਇੱਕ ਸਿੱਖ ਨੌਜਵਾਨ ਵੱਲੋਂ ਕੀਤੀ ਗਈ ਮਾਡਲਿੰਗ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਿੱਖ ਨੌਜਵਾਨ ਬੌਬੀ ਸਿੰਘ ਦੀਆਂ ਤਸਵੀਰਾਂ ਨਿਊਜ਼ੀਲੈਂਡ ਦੇ ਨੈਸ਼ਨਲ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਨਿਊਜ਼ੀਲੈਂਡ ਦੇ ਨੈਸ਼ਨਲ ਮੀਡੀਆ ਤਾਂ ਨਿਊਜ਼ੀਲੈਂਡ ਹੈਰਲਡ ਵੱਲੋਂ ਵੀਵਾ ਡੇ ਦੇ ਮੌਕੇ ਦੇ ਉੱਤੇ ਕੀਤੇ ਗਏ ਫੋਟੋਸ਼ੂਟ ਦੇ ਵਿੱਚ ਬੌਬੀ ਸਿੰਘ ਇਕਲੌਤਾ ਪੰਜਾਬੀ ਹੈ ਜਿਸ ਦੀਆਂ ਤਸਵੀਰਾਂ ਮੈਗਜ਼ੀਨ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਪੰਜਾਬੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਬੌਬੀ ਸਿੰਘ ਦਾ ਗੀਤ ਵੀ ਬੀਤੇ ਦਿਨੀ ਰਿਲੀਜ਼ ਹੋਇਆ ਸੀ ਤੇ ਹੁਣ ਸਾਬਕ ਸੂਰਤ ਇਸ ਸਿੱਖ ਨੌਜਵਾਨ ਦੇ ਵੱਲੋਂ ਨਿਊਜ਼ੀਲੈਂਡ ਦੇ ਮੈਗਜ਼ੀਨ ਦੇ ਲਈ ਕੀਤੀ ਗਈ ਮਾਡਲਿੰਗ ਉਸ ਦੇ ਲਈ ਇੱਕ ਵੱਡਾ ਪਲੇਟਫਾਰਮ ਨਜ਼ਰ ਆ ਰਹੀ ਹੈ। ਜਵਾਨ ਵੱਖ ਵੱਖ ਮਾਰ ਕੇ ਮਾਰ ਚੁੱਕੇ ਨੇ ਤੇ ਹੁਣ ਬੌਬੀ ਸਿੰਘ ਨੇ ਇੱਕ ਵਾਰ ਫਿਰ ਨਿਊਜ਼ੀਲੈਂਡ ਦੇ ਨੈਸ਼ਨਲ ਮੀਡੀਆ ਦੇ ਵਿੱਚ ਆਪਣੀ ਚਰਚਾ ਕਰਾ ਕੇ ਪੰਜਾਬੀਆਂ ਦਾ ਸਿਰ ਮਾਣ ਦੇ ਨਾਲ ਉੱਚਾ ਕੀਤਾ ਹੈ। ਨਿਊਜ਼ੀਲੈਂਡ ਦੇ ਨੈਸ਼ਨਲ ਮੀਡੀਆ ਦੇ ਵਿੱਚ ਇੱਕ ਸਿੱਖ ਨੌਜਵਾਨ ਵੱਲੋਂ ਕੀਤੀ ਗਈ ਮਾਡਲਿੰਗ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਿੱਖ ਨੌਜਵਾਨ ਬੌਬੀ ਸਿੰਘ ਦੀਆਂ ਤਸਵੀਰਾਂ ਨਿਊਜ਼ੀਲੈਂਡ ਦੇ ਨੈਸ਼ਨਲ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਨਿਊਜ਼ੀਲੈਂਡ ਦੇ ਨੈਸ਼ਨਲ ਮੀਡੀਆ ਤਾਂ ਨਿਊਜ਼ੀਲੈਂਡ ਹੈਰਲਡ ਵੱਲੋਂ ਵੀਵਾ ਡੇ ਦੇ ਮੌਕੇ ਦੇ ਉੱਤੇ ਕੀਤੇ ਗਏ ਫੋਟੋਸ਼ੂਟ ਦੇ ਵਿੱਚ ਬੌਬੀ ਸਿੰਘ ਇਕਲੌਤਾ ਪੰਜਾਬੀ ਹੈ ਜਿਸ ਦੀਆਂ ਤਸਵੀਰਾਂ ਮੈਗਜ਼ੀਨ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਪੰਜਾਬੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਬੌਬੀ ਸਿੰਘ ਦਾ ਗੀਤ ਵੀ ਬੀਤੇ ਦਿਨੀ ਰਿਲੀਜ਼ ਹੋਇਆ ਸੀ ਤੇ ਹੁਣ ਸਾਬਕ ਸੂਰਤ ਇਸ ਸਿੱਖ ਨੌਜਵਾਨ ਦੇ ਵੱਲੋਂ ਨਿਊਜ਼ੀਲੈਂਡ ਦੇ ਮੈਗਜ਼ੀਨ ਦੇ ਲਈ ਕੀਤੀ ਗਈ ਮਾਡਲਿੰਗ ਉਸ ਦੇ ਲਈ ਇੱਕ ਵੱਡਾ ਪਲੇਟਫਾਰਮ ਨਜ਼ਰ ਆ ਰਹੀ ਹੈ। ਜਵਾਨ ਵੱਖ ਵੱਖ ਮਾਰ ਕੇ ਮਾਰ ਚੁੱਕੇ ਨੇ ਤੇ ਹੁਣ ਬੌਬੀ ਸਿੰਘ ਨੇ ਇੱਕ ਵਾਰ ਫਿਰ ਨਿਊਜ਼ੀਲੈਂਡ ਦੇ ਨੈਸ਼ਨਲ ਮੀਡੀਆ ਦੇ ਵਿੱਚ ਆਪਣੀ ਚਰਚਾ ਕਰਾ ਕੇ ਪੰਜਾਬੀਆਂ ਦਾ ਸਿਰ ਮਾਣ ਦੇ ਨਾਲ ਉੱਚਾ ਕੀਤਾ ਹੈ।